ਜਲੰਧਰ ਦੇ ਕਸਬਾ ਫਲੋਰ ਦੇ ਨਜ਼ਦੀਕੀ ਪਿੰਡ ਬੋਪਾਰਾਏ ਵਿਖੇ ਕਿਸਾਨੀ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣ ਲਈ ਪਿੰਡ ਵਾਸੀਆਂ ਨੇ ਕਾਰਪੋਰੇਟ ਘਰਾਣਿਆਂ ਦਾ ਬਾਈਕਾਟ ਕਰਦੇ ਹੋਏ ਜੀਓ ਦੀਆਂ ਸਿਮਾਂ ਨੂੰ ਪੋਰਟ ਕਰਵਾਇਆ। ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਬੋਪਾਰਾਏ ਦੇ ਵਿੱਚ ਜੋ ਸਿਮ ਪੋਰਟ ਦਾ ਹੈ ਉਹ ਫ੍ਰੀ ਕੈਂਪ ਲਗਾਇਆ ਗਿਆ ਸੀ। ਇਹ ਜੋ ਕੈਂਪ ਲਗਾਇਆ ਸੀ ਇਹ ਕਿਸਾਨੀ ਸੰਘਰਸ਼ ਦੇ ਵਿੱਚ ਆਪਣਾ ਨਿੱਘਾ ਛੋਟਾ ਜਿਹਾ ਯੋਗਦਾਨ ਪਾਉਣ ਦੇ ਲਈ ਸੀ, ਕਿਉਂਕਿ ਜੋ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਦਿੱਲੀ ਦੇ ਵਿੱਚ ਉਸਦਾ ਹਰ ਵਰਗ ਜੋ ਹੈ ਉਹ ਸਪੋਰਟ ਕਰਦਾ ਹੈ ਅਤੇ ਇਸ ਚੀਜ਼ ਦਾ ਅੱਜ ਸਾਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਹੈ ਹਰ ਵਰਗ ਵੱਲੋਂ। ਬਹੁਤ ਹੀ ਜੋ ਸਾਡਾ ਕੈਂਪ ਹੈ ਅੱਜ ਸਵੇਰ ਤੋਂ ਹੀ ਸਾਰੇ ਲੋਕ ਜੋ ਹਨ ਉਹ ਬੜੇ ਉਤਸ਼ਾਹ ਦੇ ਨਾਲ ਸਿਮ ਪੋਰਟ ਕਰਵਾਉਣ ਆ ਰਹੇ ਹਨ, ਭਾਵੇਂ ਕਿ ਇਹ ਅਨਾਊਂਸ ਕੀਤਾ ਗਿਆ ਸੀ ਸਾਰੇ ਨਿਵਾਸੀਆਂ ਵੱਲੋਂ ਕਿ ਇਹ ਜੋ ਸਿਮ ਪੋਰਟ ਹੈ ਇਹ ਫ੍ਰੀ ਕਰਵਾਇਆ ਜਾਏਗਾ, ਪਰ ਕਿਸੇ ਵੀ ਬੰਦੇ ਨੇ ਇਹ ਨਹੀਂ ਕਿਹਾ ਕਿ ਅਸੀਂ ਪੈਸੇ ਨਹੀਂ ਦਿੰਦੇ। ਉਹ ਕਹਿੰਦੇ ਅਸੀਂ ਆਪਣੀ ਜੇਬ ਦੇ ਵਿੱਚੋਂ ਖਰਚਾ ਕਰਕੇ ਹੀ ਜਿਹੜਾ ਹੈ ਉਹ ਸਿਮ ਪੋਰਟ ਕਰਵਾਵਾਂਗੇ ਤਾਂ ਕਿ ਸਾਡਾ ਵੀ ਇਹ ਯੋਗਦਾਨ ਜਿਹੜਾ ਹੈ ਉਹ ਇੱਕ ਕਿਸਾਨੀ ਸੰਘਰਸ਼ ਦੇ ਵਿੱਚ ਉਹ ਪੈ ਸਕੇ। ਇਸ ਦੇ ਨਾਲ ਹੀ ਇੰਨਾ ਇਹ ਹੋਰ ਵੀ ਸਾਡਾ ਜੋ ਹੈ ਉਹ ਇਸ ਦੇ ਨਾਲ ਉਤਸ਼ਾਹ ਵਧਿਆ ਹੈ ਅਤੇ ਇਹ ਕੈਂਪ ਜੋ ਹੈ ਉਹ ਨਿਰੰਤਰ ਹੀ ਜੋ ਹੈ ਉਹ ਜਾਰੀ ਰਹੇਗਾ। ਬੋਪਾਰਾਏ ਦੇ ਵਿੱਚ ਵੀ ਅਤੇ ਚੱਕ ਤੋਥੜਾਂ ਦੇ ਵਿੱਚ ਸਾਂਝੇ ਤੌਰ ਦੇ ਉੱਪਰ ਮਾਘੀ ਦਾ ਮੇਲਾ ਲੱਗਦਾ ਹੈ, ਉਸ ਦਿਨ 14 ਤਰੀਕ ਨੂੰ ਵੀ ਇਹ ਕੈਂਪ ਲੱਗੇਗਾ। ਜਿਨ੍ਹਾਂ ਨੇ ਵੀ ਵੀਰਾਂ ਨੇ ਭੈਣਾਂ ਨੇ ਆਪਣੇ ਸਿਮ ਪੋਰਟ ਕਰਵਾਉਣੇ ਹਨ ਆਪਣੇ ਆਧਾਰ ਨਾਲ ਲੈ ਕੇ ਆਉਣ, ਉੱਥੇ ਜਿਹੜਾ ਹੈ ਉਹ ਸਿਮ ਫ੍ਰੀ ਪੋਰਟ ਕੀਤਾ ਜਾਵੇਗਾ। ਇਸ ਦੇ ਨਾਲ ਹੀ ਢੰਡੇ ਜੋ ਹੈ ਪਿੰਡ ਉੱਥੇ 13 ਤਰੀਕ ਨੂੰ ਜੋ ਹੈ ਉਹ ਸਾਲਾਨਾ ਜੋੜ ਮੇਲਾ ਹੁੰਦਾ ਹੈ, ਉੱਥੇ ਵੀ ਇਹ ਕੈਂਪ ਜੋ ਹੈ ਉਹ ਇਸੇ ਤਰ੍ਹਾਂ ਚੱਲੇਗਾ। ਆਪ ਸਭਨਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜੋ ਹੈ ਉਹ ਜੋ ਇਸ ਸੰਘਰਸ਼ ਦੇ ਵਿੱਚ ਯੋਗਦਾਨ ਪਾਓ, ਕਿਉਂਕਿ ਇਹ ਸਾਡੇ ਛੋਟੇ ਛੋਟੇ ਯੋਗਦਾਨ ਹੀ ਜੇ ਹਨ ਉਹ ਵੱਡੀ ਸੁਨਾਮੀ ਬਣਨਗੇ ਅਤੇ ਇਹ ਜੋ ਸਰਕਾਰਾਂ ਹਨ ਇਹਨਾਂ ਦਾ ਜੋ ਹੈ ਇਹ ਮਨ ਹੈ ਇਹ ਬਦਲੇਗਾ ਔਰ ਇਹ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਉਹ ਜੋ ਕਿਸਾਨ ਮਾਰੂ ਅਤੇ ਲੋਕ ਮਾਰੂ ਬਿੱਲ ਹਨ ਉਹਨਾਂ ਨੂੰ ਆਪਣੀ ਰਾਜ ਹੱਠ ਧਰਮੀ ਛੱਡ ਕੇ ਉਹਨਾਂ ਨੂੰ ਵਾਪਸ ਲੈਣਗੇ। ਵਾਹਿਗੁਰੂ ਜੀ ਕਾ ਖਾਲਸਾ।